शिमारू के नए वीडियोस के लिए सब्सक्राइब कीजिए और बेल आइकन को दबाना न भूलें। जब मैं बैरी दी हेक्ट च गोली मारी ना, साले नु डिगदा देख के सची मेरा सिर खून बद गया। दिल नु तसल्ली जी हुई है कि मैं चाचे दी मौत दा बदला ले लिया। ए सब तेरी बदौलत होया, ते आ चख तेरी मखबरी दा इनाम। ਉਹ ਪੂਰਿਆ ਇਹਨਾਂ ਦੀ ਲੋੜ ਤਾਂ ਹੈ ਨਹੀਂ ਸੀ, ਪਰ ਜੇ ਤੂੰ ਇੰਨੇ ਮਾਨ ਨਾ ਦਿੰਦਾ ਰੱਖ ਲੈਂਦੇ ਹਾਂ। ਉਹ ਲੋਕਾਂ ਨਾਲ ਭਾਵੇਂ ਲੱਖ ਗਦਾਰੀਆਂ ਕੀਤੀਆਂ ਹੋਣ, ਪਰ ਤੁਹਾਡੇ ਨਾਲ ਕੀਤੀ ਵਫ਼ਾਦਾਰੀ ਦਾ ਤਾਂ ਮੁੱਲ ਮੁੜਦਾ ਜੇ ਦੁਸ਼ਮਣਾਂ ਦੇ ਘਰ ਦਾ ਇੱਕ ਇੱਕ ਜੀਅ ਦਾ ਮਲੀਆ ਮੇਟ ਹੋ ਜਾਏ। ਆ ਸਾਲਾ ਕੰਨ ਦਾ ਪੜਦਾ ਪਟਿਆ, ਹਜੇ ਤੱਕ ਲੋਟ ਨਹੀਂ ਹੋਇਆ। ਨਰਾਣਾ ਕਦੇ ਨਹੀਂ ਸੀ ਮਰਦਾ, ਤੇ ਸੱਚਾ ਕਦੇ ਡਾਕੂ ਨਹੀਂ ਸੀ ਬਣਦਾ। ਜੇ ਬਲਬੀਰੋ ਕੁੱਕਰ ਦੀ ਬੁੱਕਲ ਚ ਨਾ ਜਾ ਪੈਂਦੀ ਹੱਥ ਪਾ ਲਿਆ ਜੀ, ਇਹਨੂੰ ਗਿਤਾਰੀ ਨਹੀਂ ਕਹਿੰਦੇ। ਕਦੇ ਕਦੇ ਬੰਦੇ ਦੀ ਜ਼ਿੰਦਗੀ ਚ ਅਣਖ ਤੇ ਜ਼ਰੂਰਤ ਦਾ ਸਵਾਲ ਖੜਾ ਹੋ ਜਾਂਦਾ ਹੈ ਜੀ, ਇਹਨੂੰ ਗਿਤਾਰੀ ਨਹੀਂ ਕਹਿੰਦੇ, ਕਿਉਂਕਿ ਪਾਲਿਆ ਬੰਦੇ ਫੁੱਟਾਂ ਦੇ ਨਾਲ ਨਹੀਂ ਦਲੀਲਾਂ ਦੇ ਨਾਲ ਨਾਪੇ ਜਾਂਦੇ ਨੇ। ਤੈਨੂੰ ਤੇਰੇ ਕੀਤੇ ਦਾ ਮੁੱਲ ਜ਼ਰੂਰ ਮਿਲੂਗਾ, ਜ਼ਰੂਰ ਮਿਲੂਗਾ। ਸਰਦਾਰ ਜੀ, ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਛੋਟੇ ਸਰਦਾਰ ਜੀ ਦੇ ਕਾਤਲ ਦਾ ਕੋਈ ਪਤਾ ਨਹੀਂ ਲੱਗਿਆ। ਜਿਸਨੇ ਮੇਰੇ ਭਰਾ ਨੂੰ ਮਾਰਿਆ ਹੈ, ਜੇ ਉਹ ਇਸ ਧਰਤੀ ਤੇ ਜ਼ਿੰਦਾ ਹੈ ਤਾਂ ਮੈਨੂੰ ਹਰ ਸੂਰਤ ਕਾਤਲ ਚਾਹੀਦਾ। ਦਿਨ ਰਾਤ ਇੱਕ ਕਰ ਦਿਓ ਜੀ ਸਰਦਾਰ ਜੀ। ਸਤਿ ਸ੍ਰੀ ਅਕਾਲ ਦਲੀਪ ਸਿੰਘ, ਤੇਰੇ ਭਰਾ ਦੀ ਮੌਤ ਦਾ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਹ ਤੂੰ ਫਿਕਰ ਨਾ ਕਰ, ਉਹਦੇ ਕਾਤਿਲ ਚੌਧਰੀ ਤੋਂ ਬਚ ਨਹੀਂ ਸਕਦੇ। ਸਾਲੇ ਪਤਾਲ ਵਿੱਚ ਕਿਉਂ ਨਾ ਲੁਕੇ ਹੋਣ, ਉੱਥੋਂ ਵੀ ਕੱਢ ਲਿਆਊਂਗਾ ਉਹਨਾਂ ਨੂੰ ਤੇ ਲਿਆ ਕੇ ਕਾਨੂੰਨ ਦੇ ਸਾਹਮਣੇ ਖੜਾ ਕਰੂੰਗਾ। ਬਸ ਤੂੰ ਇੱਕ ਵਾਰੀ ਬਿਆਨ ਲਿਖਾ ਦੇ ਠੋਕ ਕੇ। ਗੱਲ ਸੁਣੋ ਚੌਧਰੀ, ਬਹੁਤਾ ਡਰਾਮਾ ਕਰਨ ਦੀ ਲੋੜ ਨਹੀਂ। ਦੁੱਲਾ ਤੇਰੇ ਲੂਲੇ ਲੰਗੜੇ ਕਾਨੂੰਨ ਦਾ ਮੁਹਤਾਜ ਨਹੀਂ, ਜਿਹੜਾ ਸਬੂਤ ਤੇ ਬਿਆਨਾਂ ਦੀਆਂ ਵਿਸਾਖੀਆਂ ਤੇ ਚੱਲੇ। ਦੁੱਲਾ ਖੁਦ ਇੱਕ ਕਾਨੂੰਨ ਹੈ, ਆਪ ਹੀ ਥਾਣਾ ਕਚਹਿਰੀ ਤੇ ਆਪ ਹੀ ਜੱਜ ਹੈ। ਬੰਦੇ ਲੱਭ ਲੈਣ ਦੇ ਫੈਸਲਾ ਵੀ ਮੈਂ ਆਪ ਹੀ ਕਰਨਾ ਹੈ। ਦਲੀਪ ਸਿੰਘ, ਮੇਰਾ ਇੱਕ ਮਸ਼ਵਰਾ ਹੈ ਤੈਨੂੰ ਕਿ ਭੁੱਲ ਕੇ ਵੀ ਕਾਨੂੰਨ ਨੂੰ ਕਦੇ ਆਪਣੇ ਹੱਥ 'ਚ ਨਾ ਲਈ। ਭਰਾ ਨੂੰ ਤਾਂ ਗਵਾਹੀ ਚੁੱਕਿਆ ਤੂੰ, ਕਿਤੇ ਆਪਣੇ ਆਪ ਨੂੰ ਇਹੀ ਜਿਹੀ ਮੁਸੀਬਤ 'ਚ ਨਾ ਫਸਾ ਲਈ ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇ ਤੇਰੇ ਵਾਸਤੇ। ਓਏ ਬਹੁਤੀ ਸਿੱਖਿਆ ਨਾ ਦੇ, ਚੱਲ ਤੁਰਦਾ ਬਣ ਇੱਥੋਂ। ਮੇਰਾ ਦਿਮਾਗ ਪਹਿਲਾਂ ਹੀ ਬਹੁਤ ਚੱਕਰਾਇਆ ਹੋਇਆ ਹੈ, ਕਿਤੇ ਕੋਈ ਕਾਰਾ ਨਾ ਕਰਾ ਦੀ ਮੈਥੋਂ। ਚੱਲ ਤੂੰ ਠੀਕ ਹੈ ਦਲੀਪ ਸਿੰਘ, ਮੈਂ ਚੱਲਦਾ, ਅੱਗੇ ਤੇਰੀ ਮਰਜ਼ੀ। ਕਿਵੇਂ ਚਾਰ ਛਿੱਲੜਾਂ ਖਾਤਰ ਲੇਲੜੀਆਂ ਕੱਢਦਾ ਫਿਰਦਾ।
बोल भी पे हुन कुछ देख कीरत सुनिया मैं चाचा जी बारे दुख वाली गल पर मेरा भी तो कोई दिल है पता किन्ने दिन तू उड़ीक दी सी हुन मिले है ते आई मुंह बना के बैठा है ओ कीरत भाई जड़ी गल करनी है कर ला यार जस इन्हां जट्टां विच तां इहो जिहा कुछ चलदा ही रहिंदा तू चुप कर जा बिजुआ जिया हुन नू की है पद्दर करी है जस चाचा सी हो मेरा मैनू बहुत प्यार करता सी मैं समझ सकती हाँ तू हौसला रख कीरत आए नहीं दिल छड़ी दा ओ बच्चा इधर आ हाँ बाबा मैनू चाह दी बाटी पिया दे तेरी जाजे कार हो जानी है ले आना बाबा जी मैनू इंज लगता जिवें तेरे मेदे विच गर्मी होंदी है तेनू मर्दाना कमजोरी है तेनू फिर पहाड़ा तो लियांदी होई जड़ी बूटी की दवाई दे दिए हाँ बाबा जी फिर तो मैनू भी दे दो कोई गिद्दड़ सिंह बाबा जी बाबा सीर भी है की है गल सुन कह लिया तेनू पता अच्छा। है खाड़े च किसी ने जंटे का घोगा चित करता हाँ की आना तू कोई खाड़ा लग्या होया सीगा जंटा भी गया सी तिड़े तिड़े मुछा नू वट दे के खड़ा सुन आंदे आ भीड़ चो ही किसी ने हिक च मारी दमूक आपा खेती दी अच्छी चल दे चल 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 ले बाबा बल्ले बल्ले तू इत्थे की करदा जिथे फुल ते ओथे भरे ओ भरे नहीं ओए पूंड ते जिथे पूंड ओथे छत्तर ਇਹ ਕੀ ਕਰਦੇ ਅੱਛਾ ਤੂੰ ਇਹਨਾਂ ਦਾ ਰਾਖਾ ਤੇ ਤੇਰੀ ਵੀ ਤਾਂ ਪੈੜ ਨੱਪਣੀ ਪੈਣੀ ਹੈ ਬਾਈ ਕਹਿ ਤਾਂ ਠੋਕ ਦਿਆਂ ਓਏ ਕੀ ਪਸੂੜੀ ਪਾਈ ਹੈ ਤੁਸੀਂ ਚਲੋ ਕਿਉਂ ਲੜੀ ਜਾਂਦੇ ਹੋ ਓ ਪੀਪੀ ਮਾਮਾ ਤੂੰ ਇੱਥੇ ਵੀ ਫੁੱਟ ਪਿਆ ਮਾਮਾ ਪੀਪੀ ਦਾ ਮਤਲਬ ਪਤਾ ਤੈਨੂੰ ਪੰਜਾਬ ਪੁਲਿਸ ਜਿਸ ਦਿਨ ਇਮਾਨਦਾਰ ਪੁਲਿਸ ਨਾਲ ਵਾਹ ਪੈ ਗਿਆ ਨਾ ਫਿਰ ਤੈਨੂੰ ਮਾਮੇ ਨਹੀਂ ਸਾਰੇ ਫੁੱਫੜ ਲੱਗਿਆ ਕਰਨਗੇ ਸਮਝ ਗਿਆ ਚਲੋ ਆਪਦੇ ਆਪਦੇ ਘਰਾਂ ਨੂੰ ਚਲੋ ਕੁੜੀਓ ਚਲੋ ਤੁਸੀਂ ਵੀ ਹੈਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜਲਿਆ ਕਿਵੇਂ ਪਿੰਡ ਸਾਹਿਬ ਠੀਕ ਠਾਕ ਆ ਸਭ ਠੀਕ ਹੈ ਭਾਈ ਜੀ ਆ ਲੈ ਭਾਬੀ ਨਾਲ ਗੱਲ ਕਰ ਲੈ ਲੈ ਭਾਬੀ ਹੈਲੋ ਕਿਵੇਂ ਹੋ ਜਸ਼ਨ ਸਤਿ ਸ਼੍ਰੀ ਅਕਾਲ ਭਾਬੀ ਜੀ ਪੈਰੀ ਪਹਿਨਾ ਜਿਉਂਦੇ ਵਸਦੇ ਰਹੋ ਤੁਹਾਡੀ ਆਵਾਜ਼ ਨੂੰ ਕੀ ਹੋਇਆ ਭਰਜਾਈ ਝੰਟੇ ਨੂੰ ਕਿਸੇ ਨੇ ਗੋਲੀ ਮਾਰਤੀ ਜਸ਼ਨ ਗੋਲੀ ਮਾਰਤੀ ਬਸ ਤੈਨੂੰ ਪਤਾ ਹੀ ਹੈ ਇਹਨਾਂ ਦੇ ਕੰਮਾਂ ਕਾਰਾਂ ਦਾ ਜਸ਼ਨ ਤੂੰ ਛੇਤੀ ਘਰ ਪਰਤਿਆ ਮੈਂ ਘਰ ਕਿਵੇਂ ਆਵਾਂ ਜਿੱਥੇ ਰਿਸ਼ਤਿਆਂ ਦੀ ਕਦਰ ਨਾ ਹੋਵੇ ਨਾ ਉੱਥੇ ਆਉਣ ਨੂੰ ਦਿਲ ਨਹੀਂ ਕਰਦਾ ਭਰਜਾਈ ਤੂੰ ਹੁਣ ਮੈਨੂੰ ਹੋਰ ਰਵਾਵੇਂਗਾ ਪਰ ਮੈਂ ਵੀ ਮਜਬੂਰ ਹਾਂ ਲਿਆ ਬੇਬੇ ਮੈਨੂੰ ਦੇ ਫੋਨ ਮੈਂ ਕਰਦਾ ਚਾਚੇ ਨਾਲ ਗੱਲ ਉਹ ਚਾਚਾ ਮਾਂ ਜਦੋਂ ਵੀ ਤੈਨੂੰ ਫੋਨ ਕਰਦੀ ਹੈ ਤੂੰ ਹਮੇਸ਼ਾ ਇੱਦਾਂ ਹੀ ਕਿਉਂ ਬੋਲਦਾ ਆ ਉਹ ਨਹੀਂ ਕੀਰਤ ਪੁੱਤਰਾ ਇੱਦਾਂ ਦੀ ਵੀ ਕੋਈ ਗੱਲ ਨਹੀਂ ਤੂੰ ਹੁਣ ਚੁੱਪ ਕਰਕੇ ਘਰ ਆ ਜਾ ਨਹੀਂ ਤਾਂ ਤੂੰ ਜਦੋਂ ਵੀ ਮੈਨੂੰ ਬੁਲਾਵੇਂਗਾ ਮੈਂ ਨਹੀਂ ਤੇਰੇ ਨਾਲ ਬੋਲਣਾ ਉਹ ਕੀਰਤ ਤੇਰੇ ਵਿੱਚ ਤਾਂ ਮੇਰੀ ਜਾਨ ਵੱਸਦੀ ਹੈ ਤੂੰ ਤਾਂ ਮੇਰਾ ਸ਼ੇਰ ਪੁੱਤ ਹੈ ਮੇਰਾ ਯਾਰ ਹਾਂ ਤੂੰ ਤਾਂ ਹੀ ਉਹ ਤਾਂ ਫਿਰ ਮੈਂ ਕਹਿੰਦਾ ਹਾਂ ਆ ਜਾ ਯਾਰ ਚਾਚਾ ਠੀਕ ਹੈ ਕੀਰਤ ਪੁੱਤਰਾ ਮੈਂ ਦੇਖਦਾ ਠੀਕ ਹੈ ਹੁਣ ਤੂੰ ਜਹਾਜ਼ ਖਰੀਦਣਾ ਆ ਦੇਖ ਚਾਚਾ ਤੇਰੇ ਇਹ ਬਹਾਨੇ ਮੈਂ ਕਈ ਵਾਰ ਸੁਣ ਚੁੱਕਿਆ ਤੈਨੂੰ ਕਿਤੇ ਆਪਣਿਆਂ ਦੀ ਯਾਦ ਨਹੀਂ ਆਉਂਦੀ ਉਹ ਯਾਦ ਤਾਂ ਬਥੇਰੀ ਆਉਂਦੀ ਹੈ ਕੀਰਤ ਪੁੱਤਰਾ ਚੱਲ ਆਪਾਂ ਇਹਦੇ ਬਾਰੇ ਫਿਰ ਗੱਲ ਕਰਦੇ ਹਾਂ ਚੰਗਾ ਯਾਰ ਚਾਚਾ ਫਿਰ
इश्क ने दस्तक दिल दे दिती ते कायनात ने गल सुनाई देख तेरे आप उतर के परी आसमां वाह अर्चू उतरी परी मैंने आवाज दे ली चंगा आ जाऊंगी याद करके बुला ली ठीक है ठीक है हाँ ठीक है चंगा आ जाऊंगी मर गई मैं क्या जी गलती होगी मैं तो देखिया नहीं ना तेरे कोई मगर लग गया तेरे कुड़ी नहीं देखी हैगी एडे एडे खोपे लाए दिसू कितनों देनो लॉजी खोपे ला के गलती मन लेने ਐਡੀ ਲੰਬੀ ਲੰਜੀ ਕੁੜੀ ਤੈਨੂੰ ਦਿਸੀ ਨਹੀਂ ਫਿਰ ਵਿਹੜੇ ਵਾਲੇ ਕਹਿੰਦੇ ਸਿਮਰ ਬਾਲਾ ਬੋਲਦੀ ਆ ਨਾ ਬੋਲਾਂ ਨਾ ਤਾਂ ਹੋਰ ਕੀ ਕਰਾਂ ਨਾਲੇ ਮੇਰੀਆਂ ਪਾਥੀਆਂ ਖਿਲਾਰਤੀ ਆ ਹੁਣ ਕਹਿੰਦਾ ਜੀ ਗਲਤੀ ਹੋ ਗਈ ਲੋ ਜੀ ਹੁਣ ਦੋਵੇਂ ਤਰੀਕੇ ਨਾਲ ਗਲਤੀ ਮੰਨ ਲਈ ਆ ਖੋਪੇ ਲਾ ਕੇ ਵੀ ਤਾਂ ਖੋਪੇ ਲਾ ਕੇ ਵੀ ਤੁਸੀਂ ਫਿਰ ਗੁੱਸਾ ਕਰੀ ਜਾਂਦੇ ਹੋ ਨਾ ਗੁੱਸਾ ਨਾ ਕਰਾਂ ਤਾਂ ਹੋਰ ਕੀ ਮੈਂ ਗਿੱਧਾ ਪਾਵਾਂ ਉਹ ਤੂੰ ਤਾਂ ਹੀ ਚੜੀ ਜਾਂਦੀ ਹੈ ਤੇਰੀਆਂ ਪਾਥੀਆਂ ਡਿੱਗੀਆਂ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਡਿੱਗ ਪਈਆਂ ਸੋਨੇ ਦੀਆਂ ਮੋਹਰਾਂ ਮੈਂ ਚੁੱਲ੍ਹੇ 'ਚ ਪਾਉਣੀਆਂ ਮੈਨੂੰ ਤਾਂ ਆਪਣੀਆਂ ਪਾਥੀਆਂ ਦੀ ਭਾ ਕਰਦਾ ਕਿ ਨਮੂਨਾ ਜਿਹਾ ਨਾ ਹੋਵੇ ਦੇਖੋ ਜੀ ਹੁਣ ਤੁਸੀਂ ਬਾਹਲਾ ਬੋਲੀ ਜਾਂਦੇ ਹੋ ਉਹ ਤੈਨੂੰ ਨਹੀਂ ਪਤਾ ਇਹ ਕੌਣ ਹੈ ਹਵੇਲੀ ਵਾਲੇ ਸਰਦਾਰ ਦਲੀਪ ਸਿੰਘ ਦਾ ਛੋਟਾ ਵੀਰ ਹੈ ਜਸ਼ਨ ਹਾਈ ਨੀ ਮੈਂ ਮਰ ਜਾ ਹਵੇਲੀਆਂ ਦਾ ਕਾਕਾ ਉਹ ਕਰਮੂ ਉਹ ਇਹੋ ਜਿਹਾ ਕਿਹੜਾ ਟੀਕਾ ਲੱਗ ਗਿਆ ਉਹਦੇ ਉਹ ਤਾਂ ਤਿੱਤਰੀ ਹੋ ਗਈ ਬਾਈ ਇਹ ਤਾਂ ਮੈਨੂੰ ਵੀ ਨਹੀਂ ਪਤਾ ਉਹਦੇ ਕਿਹੜਾ ਟੀਕਾ ਲੱਗ ਗਿਆ ਜਿਹੜਾ ਉਹਨੂੰ ਸਮਝ ਆ ਗਿਆ ਤੇ ਹਾਲੀ ਤੱਕ ਮੈਨੂੰ ਨਹੀਂ ਸਮਝ ਆਇਆ ਚੱਲ ਆਪਾਂ ਸਮਝ ਕੇ ਕੀ ਲੈਣਾ ਜਿਹੜੀ ਗੱਲ ਹੀ ਨਾ ਸਮਝ ਆਵੇ ਤੈਨੂੰ ਸਮਝ ਪੈਣਾ ਹੀ ਨਹੀਂ ਕਰਮੂ ਆ ਤੈਨੂੰ ਮੈਂ ਸਮਝਾਉਣਾ ਸੌ ਰੱਬ ਦੀ ਮੈਨੂੰ ਪਤਾ ਹੁੰਦਾ ਹਵੇਲੇ ਸਰਦਾਰਾਂ ਦਾ ਗਾਕਾ ਮੈਂ ਕਿਉਂ ਬੋਲਦੀ ਕੁੜੀ ਬਾਈ ਜੀ ਵਿੱਚ ਵੱਜੀ ਬਾਈ ਜੀ ਕੁੜੀ ਵਿੱਚ ਵੱਜੇ ਤੇ ਪਾਥੀਆਂ ਖਿਲਰ ਗਈਆਂ ਤੇ ਟੋਕਰਾ ਮੈਨੂੰ ਕਿ ਚੁਕਾਤਾ ਮੈਨੂੰ ਨਹੀਂ ਸਮਝ ਆਈ ਸਿਮਰ ਕੌਰੇ ਤੇਰੀ ਜਵਾਨ ਵੀ ਬਾਹਲੀ ਲੱਭਰ ਲੱਭਰ ਕਰਦੀ ਆ ਆਪਾਂ ਸਮਝ ਕੇ ਕੀ ਲੈਣਾ ਸਿਮਰੀ ਅੱਜ ਨਹੀਂ ਤੂੰ ਬਚਦੀ ਇੱਥੇ ਘਰ ਤੱਕ ਪਹੁੰਚ ਗਏ ਆ ਲਓ ਜੀ ਤੁਹਾਡਾ ਸਮਾਨ ਅਤੇ ਇੱਕ ਵਾਰੀ ਫਿਰ ਤੋਂ ਗਲਤੀ ਮੰਨਦੇ ਹਾਂ ਜੀ ਮਾਫ਼ ਕਰ ਦੇਣਾ ਚੱਲ ਵੀ ਕਰਮੂ ਹਾਏ ਸ਼ੁਕਰ ਹੈ ਰੱਬ ਦਾ ਕਿਸੇ ਨੇ ਨਹੀਂ ਦੇਖਿਆ ਨਹੀਂ ਤਾਂ ਬੇਬੇ ਨੇ ਮੇਰੀ ਗੁੱਤੀ ਪੜ ਦੇਣੀ ਸੀ ਹੋਰ ਚਿੱਤਰਾਂ ਨੂੰ ਥਾਂ ਹੋ ਜਾਂਦੀ ਨਹੀਂ ਸੀ ਤੂੰ ਤੁਸੀਂ ਇਕੱਲਿਆਂ ਇਕੱਲਿਆਂ ਖੇਲੀ ਜਾਂਦੀ ਹੋ ਮੈਨੂੰ ਵੀ ਖਿਲਾ ਲਓ ਦੇਖਣੀ ਸੀ ਮੇਰੇ ਤੂੰ ਬਹੁਤਾ ਰੌਲਾ ਪਾਉਂਦੀ ਹੈ ਪਹਿਲਾਂ ਮੇਰੀ ਮਿੱਤ ਹੈ ਜੇ ਤੂੰ ਛੇਤੀ ਛੇਤੀ ਖੇਲੇਂਗੀ ਤਾਂ ਹੀ ਤਾਂ ਮੇਰੀ ਮਿੱਤ ਆਊਗੀ ਫਿਰ ਸਹੇਲੀਆਂ ਕਹਿੰਦੀਆਂ ਸਿਮਰ ਬਾਹਲਾ ਬੋਲਦੀ ਆ ਵਾਖਰੂ ਕਿਹੜਾ ਕੰਜਰ ਕਹਿੰਦਾ ਤੂੰ ਬੋਲਦੀ ਬਥੇਰਾ ਤੇਰੇ ਮੂੰਹ 'ਚ ਤਾਂ ਜੀ ਵੀ ਨਹੀਂ ਅਸੀਂ ਸਾਰੀਆਂ ਤਾਂ ਕਮਲੀਆਂ ਦਾ ਟੋਲਾ ਬਸ ਤੂੰ ਹੀ ਸਿਆਣੀ ਜੰਮੀ ਹੈ ਤੇਰੀ ਬੇਬੇ ਨੇ ਨਹੀਂ ਭੈਣੇ ਮੇਤੇ ਤਾਂ ਚੱਲ ਤੂੰ ਵੀ ਤਾਂ ਇਹਦੇ ਵਾਂਗੂ ਜਵਾ ਹੀ ਨਹੀਂ ਬੋਲਦੀ ਚੰਗਾ ਠੀਕ ਹੈ ਤੂੰ ਵੀ ਬਾਹਲੀ ਚਤਰਾ ਨਾ ਬਣ ਕੱਲ੍ਹ ਨੂੰ ਬਗਾਨੇ ਘਰ ਜਾਣਾ ਕੁੜੀਆਂ ਨੂੰ ਘੱਟ ਹੀ ਬੋਲਣਾ ਚਾਹੀਦਾ ਬੇਬੇ ਕਹਿੰਦੀ ਹੈ ਨਹੀਂ ਭੈਣੇ ਪਹਿਲਾਂ ਮੈਨੂੰ ਮਿੱਤ ਖੇਲ ਲੈਂਦੇ ਮੈਂ ਕੰਮ ਜਾਣਾ ਲੈ ਹੁਣ ਤੂੰ ਵੀ ਕੱਲਾ ਰਾਂਝਾ ਰਾਜੀ ਨੀ ਸਿਮਰੀ ਉਹ ਮੁੰਡਾ ਕੌਣ ਹੈ ਕੈਂਠੇ ਵਾਲਾ ਤੇਰੇ ਵੱਲ ਹੀ ਵੇਖੀ ਜਾਂਦਾ ਦੀਪੀ ਆਪਾਂ ਕੀ ਲੈਣਾ ਦੇਖੀ ਜਾਂਦੇ ਇਹ ਤਾਂ ਹਵੇਲੀ ਵਾਲਿਆਂ ਦਾ ਮੁੰਡਾ ਨਾ ਫਿਰ ਇੱਥੇ ਕਿਉਂ ਖੜਾ ਮੈਨੂੰ ਕੀ ਪਤਾ ਖੜਾ ਰਹਿਣ ਦੇ ਸਾਰਾ ਪਿੰਡ ਹੀ ਇਹਨਾਂ ਦਾ ਆਪਾਂ ਕੀ ਲੈਣਾ ਆਪਾਂ ਆਪਣਾ ਖੇਲਦੇ ਹਾਂ ਬਾਈ ਅੱਜ ਫਿਰ ਨਾ ਇੱਥੋਂ ਕੋਈ ਪੰਗਾ ਪੈ ਜਾਵੇ ਮੈਥੋਂ ਤਾਂ ਉਛਲੇ ਵੀ ਜਾਣਾ ਇੱਕ ਲੱਤ ਤੇ ਥੋੜਾ ਹੈ ਨਾ ਜੀ ਆਪਾਂ ਖਿਸਕੇ ਇੱਥੋਂ ਉਹ ਕਿਉਂ ਡਰੀ ਜਾਂਦਾ ਐਵੇਂ ਕੱਲ੍ਹ ਤਾਂ ਉਹਦੇ ਕੋਲ ਪਾਥੀਆਂ ਦਾ ਟੋਕਰਾ ਸੀ ਅੱਜ ਤਾਂ ਖਾਲੀ ਹੱਥੀ ਹੈ
ਨਾਲੇ ਕਿੱਥੇ ਹੋਇਆ ਫੋੜਾ ਤੇਰੇ? ਬਾਈ ਕਸੂਤੀ ਥਾਂ ਤੇ ਹੋਇਆ ਜੀ। ਨੀ ਸਿਮਰੋ, ਨੀ ਤੇਰਾ ਬੇੜਾ ਗਰਕ ਜੇ, ਤੂੰ ਤਾਂ ਨਾ ਘਰੇ ਵੜੀ ਨਾ, ਸਾਰਾ ਦਿਨ ਜਵਾਕੜੀਆਂ ਨਾਲ ਕੌਲੇ ਕੱਛਦੀ ਫਿਰਦੀ ਹੈ। ਨੀ ਮੈਂ ਤਾਂ ਤੈਨੂੰ ਹੱਟੀ ਤੇ ਗੁੜ ਲੈਣ ਘੱਲਿਆ ਸੀ, ਤੂੰ ਇੱਥੇ ਆ ਕੇ ਜਵਾਕੜੀਆਂ ਨਾਲ ਪੀਚੋ ਖੇਡੀ ਜਾਂਦੀ ਹੈ। ਬੇਬੇ ਕਹਿੰਦੀ ਇੱਕ ਮਿੰਟ ਲਾ ਜਾ। ਹਾਂ, ਗੱਪੀ ਕਿਸੇ ਥਾਂ ਦੀ। ਨੀ ਘਰ ਦਾ ਕੰਮ ਜੇ ਮੈਂ ਹੀ ਸਿਰ ਸੜਾਉਣਾ ਸੀ ਤਾਂ ਤੈਨੂੰ ਪਾਲ ਕੇ ਕੋਠੇ ਜਿਹੜੀ ਕਾਹਦੇ ਲਈ ਕਰਿਆ? ਚੱਲ ਘਰੇ, ਦੱਸਦੀ ਆ ਤੇਰੇ ਪਿਓ ਨੂੰ ਮੈਂ। ਬੇਬੇ ਚੱਲ। ਨੀ 20 ਵਾਰੀ ਸਮਝਾਇਆ ਤੈਨੂੰ ਵੀ ਘਰ ਦੇ ਕੰਮ ਨੂੰ ਵੀ ਮਾੜਾ ਮੋਟਾ ਧਿਆਨ ਦੇ ਲਿਆ ਕਰ, ਕਿਉਂ ਤਪਾਈ ਰੱਖਦੀ ਹੈ? ਹੁਣ ਤੂੰ ਘਰੋਂ ਬਾਹਰ ਪੈਰ ਪੱਟ ਕੇ ਦਿਖਾਈ, ਜੇ ਤੇਰੀ ਗੁੱਤ ਨਾ ਪੱਟੀ ਤਾਂ ਮੇਰਾ ਨਾਂ ਵੀ ਗੋਲੋ ਨਾ ਜਾਣੀ। ਕਰਮੂ, ਅੱਜ ਕੱਲ ਦੀਆਂ ਕੁੜੀਆਂ ਤੇ ਮਾਂ ਪਿਓ ਦਾ ਕਾਫੀ ਦਾਬਾ ਹੈ ਯਾਰ। ਚੱਲ ਚੱਲ, ਦੱਸਦੀ ਆ ਤੇਰੇ ਪਿਓ ਨੂੰ। ਬੇਬੇ ਕੰਨ ਛੱਡ ਦੇ, ਬੇਬੇ ਕੰਨ ਛੱਡ ਦੇ। ਨਾ ਇਹਨੂੰ ਕੁਝ ਸਮਝਾਇਆ ਕਰ, ਕੋਠੇ ਜਿੱਡੀ ਹੋ ਗਈ, ਹੱਟੀ ਤੇ ਭੇਜਿਆ ਸੀ ਗੁੜ ਲੈਣ, ਜਵਾਕਾਂ ਨਾਲ ਖੇਡਣੋ ਹਜੇ ਨੀ ਹਟਦੀ। ਐਵੇਂ ਨਾ ਬਹੁਤਾ ਝਿੜਕਿਆ ਕਰ ਮੇਰੀ ਧੀ ਨੂੰ, ਆਹੀ 4 ਦਿਨ ਖੇਡਣ ਦੇ ਨੇ ਮੇਰੀ ਸਿਮਰ ਦੇ। ਨਾਲੇ ਗੱਲ ਸੁਣ, ਇਹ ਧੀ ਨਹੀਂ ਤੇਰਾ ਪੁੱਤਰ ਹੈ। ਪੁੱਤਰ? ਮੇਰੀ ਗੱਲ ਸੁਣ, ਹੋਰ 2 ਸਾਲਾਂ ਨੂੰ ਇਹਨੂੰ ਵਿਆਹ ਕੇ ਕਿਸੇ ਦੇ ਘਰੇ ਨਹੀਂ ਭੇਜਣਾ। ਇਹ ਛੋਟੀ ਨਹੀਂ ਰਹੀ ਹੁਣ, ਜਿਹਨੂੰ ਕੰਧੇੜੀ ਚੱਕ ਕੇ ਮੇਲਾ ਦਿਖਾ ਲਿਆਉਂਦਾ ਸੀ, ਮਟਿਆਰ ਹੋ ਗਈ ਮਟਿਆਰ। ਅਗਲੇ ਤਾਂ ਆਖਣਗੇ ਵੀ ਮਾਂ ਪਿਓ ਨੇ ਮੱਤ ਨਹੀਂ ਦਿੱਤੀ। ਵੇਖ ਲੈ ਬਾਪੂ, ਬੇਬੇ ਸੋਚਦੀ ਹੈ ਕਿ ਜਿਵੇਂ ਮੈਨੂੰ ਤੇਰੀ ਪੱਗ ਦਾ ਖਿਆਲ ਹੀ ਨਹੀਂ। ਦੇਖਿਆ, ਮੈਂ ਤੈਨੂੰ ਆਖਿਆ ਸੀ ਨਾ ਮੇਰਾ ਪੁੱਤਰ ਬਹੁਤ ਸਿਆਣਾ। ਸ਼ਾਬਾਸ਼ ਪੁੱਤਰ, ਸ਼ਾਬਾਸ਼, ਜਾਓ ਖੇਡੋ। ਨੀ ਸਿਮਰੋ, ਮੇਰੀ ਗੱਲ ਤਾਂ ਸੁਣ। ਹਾਏ ਵੇ ਰੱਬਾ, ਕੀ ਕਰਾਂ ਮੈਂ ਇਸ ਕੁੜੀ ਦਾ? ਗੋਲੋ, ਧੀਆਂ ਮਾਪਿਆਂ ਦੇ ਘਰ ਜਿੰਨਾ ਹੱਸ ਖੇਡ ਲੈਣ, ਓਨਾ ਹੀ ਥੋੜ੍ਹਾ। ਪਤਾ ਨਹੀਂ ਇਹਨਾਂ ਚਿੜੀਆਂ ਦੇ ਲੇਖਾਂ ਵਿੱਚ ਰੱਬ ਨੇ ਕੀ ਲਿਖਿਆ। ਕਿਹੜਾ ਭੰਗੜਾ ਪਾ ਰਹੇ ਹੋ ਤੁਸੀਂ? ਇਹ ਭੰਗੜਾ ਨਹੀਂ ਜੀ, ਮੈਂ ਤਾਂ ਗਾਰਾ ਮਿੱਧ ਰਹੀ ਹਾਂ। ਗਾਰਾ ਮਿੱਧ ਰਹੇ ਹੋ? ਅੱਛਾ, ਇਕੱਠੇ ਹੀ 2 ਕੰਮ, ਨਾਲੇ ਗਾਰਾ ਤੇ ਨਾਲੇ ਭੰਗੜਾ। ਇਹਨੂੰ ਕਹਿੰਦੇ ਨੇ ਗਾਰਾ ਭੰਗੜਾ। ਅੱਜ ਬੇਬੇ ਬਾਪੂ ਮਾਸੀ ਕੋਲ ਗਏ ਹੈ, ਬੇਬੇ ਕਹਿੰਦੀ ਰਹਿੰਦੀ ਤੂੰ ਘਰ ਦਾ ਕੰਮ ਨਹੀਂ ਕਰਦੀ। ਮੈਂ ਸੋਚਿਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਗਾਰੇ ਨਾਲ ਕੰਧੋਲੀਆਂ ਹੀ ਲਿਪਦਾ। ਅੱਛਾ, ਤਾਂ ਫਿਰ ਸਾਨੂੰ ਵੀ ਸਿਖਾ ਦਿਓ ਗਾਰਾ ਭੰਗੜਾ। ਨਾ ਤੁਹਾਨੂੰ ਵੀ ਸਿੱਖਣ ਦੀ ਕੀ ਲੋੜ ਹੈ, ਤੁਹਾਡੇ ਤਾਂ ਪੱਕੀ ਹਵੇਲੀ ਹੈ ਨਾ, ਇਹਦੀ ਜ਼ਰੂਰਤ ਤਾਂ ਕੱਚੇ ਕੋਠੇ ਵਾਲਿਆਂ ਨੂੰ ਹੁੰਦੀ ਹੈ। ਕਦੇ ਪੱਕੀਆਂ ਹਵੇਲੀਆਂ ਵਾਲਿਆਂ ਨੂੰ ਵੀ ਪੁੱਛ ਕੇ ਵੇਖੋ ਕਿ ਉਹਨਾਂ ਦਾ ਰੱਬ ਕੱਚਿਆਂ ਘਰਾਂ ਦੇ ਵਿੱਚ ਹੀ ਵਸਦਾ। ਤੇ ਆ ਜਾਓ ਫਿਰ।
ਮੈਨੂੰ ਗਲ ਨਾਲ ਲਾ ਲੈ ਕਰ ਲੈ ਤੂੰ ਵੀ ਇਕਰਾਰ ਬਣ ਜਾ ਤੂੰ ਮੇਰੀ ਜਾਂ ਮੈਨੂੰ ਆਪਣਾ ਬਣਾ ਲੈ ਜਿਹੜੇ